ਲਓ ਜੀ ਇਸ ਵਾਰ ਫਿਰ ਹਮ ਆ ਗਏ ਆਂ ਇਸ ਹਫਤੇ ਦੀ ਖਾਸ ਖਬਰੋ ਕੇ ਸਾਥ ਆਪਕੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਨਵਾਂ ਐਲਾਨ ਕਰਿਆ ਬੀ 80% ਨੌਕਰੀਆਂ ਹੁਣ ਪੰਜਾਬੀਆਂ ਲਈ ਰਿਜ਼ਰਵਡ ਹੋਣਗੀਆਂ ਚਲੋ ਇਹ ਗੱਲ ਦੀ ਮੰਗ ਬਹੁਤ ਸਮੇਂ ਤੋਂ ਪੰਜਾਬੀ ਕਰ ਰਹੇ ਸੀ ਹੁਣ ਮੈਨੂੰ ਲੱਗਦਾ ਵੀ ਸਾਰੇ ਜਣੇ ਡੀਸੀ ਲੱਗ ਜਾਣਗੇ ਬਸ ਆ ਜਿਹੜੇ 20% ਬਾਕੀ ਬਾਹਰਲੇ ਵੀ ਰੱਖਣੇ ਨੇ ਉਹਨਾਂ ਦਾ ਵੀ ਪਹਿਲਾਂ ਪੰਜਾਬੀ ਦਾ ਟੈਸਟ ਲਿਆ ਜਾਊਗਾ ਹੁਣ ਉਹ ਕੰਮ ਨਹੀਂ ਹੈ ਵੀ ਕੇਰਲਾ ਤੋਂ ਆਏ ਤੇ ਬਿਜਲੀ ਵਿਭਾਗ ਚ ਲੱਗ ਕੇ ਆਏ ਆਂ ਕਿਹੜੇ ਉਹਨੂੰ ਪੁੱਛੀ ਜਾਣ ਬਈ ਆਹ ਜੀ ਸਾਡੀ ਮੀਟਰ ਲਵਾਉਣਾ ਸੀ ਅਨਕੋੜ ਬਲ ਲਗੜ ਰਿਹਾ ਮਤਲਬ ਕੀ ਹੈ ਇਸਕਾ ਉਹ ਗੱਲ ਨਹੀਂ ਹੁਣ ਚੱਲਣਾ ਪੰਜਾਬੀ ਆਉਣੀ ਜ਼ਰੂਰੀ ਆ ਨੈਕਸਟ ਨਿਊਜ਼ ਆ ਐਲਨ ਮਸਕ ਦੇ ਰਿਲੇਟਿਡ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਆ ਇਹ ਜੋਂ ਸੇ ਨੇ ਦੁਨੀਆ ਕੇ ਅਮੀਰ ਆਦਮੀ ਹੋਮਾ ਇਹਨਾਂ ਨੂੰ ਹਰੇਕ ਚੀਜ਼ ਮਾ ਮਤਲਬ ਇਹ ਚਲੋ ਗਲਤ ਵਰਡ ਆ ਥੋੜਾ ਜਿਹਾ ਹਰ ਇੱਕ ਚੀਜ਼ ਮੈਂ ਟੰਗ ਡਾਣੇ ਦੀ ਆਦਤ ਪੜੀ ਜਾ ਐਲਨ ਮਸਕ ਨੇ ਟਵੀਟ ਕਰਿਆ ਕਿ ਜਿਹੜਾ ਡੋਨਬਾਸ ਆ ਹਰਕ ਕ੍ਰੀਮੀਆ ਆ ਇਹ ਦੋ ਇਲਾਕੇ ਆ ਜੋਂ ਸੇ ਜਿਨਕੇ ਪਿੱਛੇ ਮਤਲਬ ਲੜਾਈ ਚੱਲ ਰਹੀ ਆ ਉਹਨ ਕੀ ਰਸ਼ੀਆ ਵਾਲਿਆਂ ਕੀ ਜਿਹੜੇ ਕਨਫਲਿਕਟ ਜਿਹੜੀ ਏਰੀਆਜ਼ ਆ ਵਾਂਗੇ ਕਿ ਜਿਹੜੇ ਉਹਨਾਂ ਮਾਰੇ ਨੇ ਵਾਲੇ ਬੰਦੇ ਆ ਵੀ ਥਮ ਆਪਣਾ ਰੈਫਰੈਂਡਮ ਕਰਾ ਲਓ ਆ ਰੈਫਰੈਂਡਮ ਪ੍ਰਧਾਨ ਜੀ ਨੇ ਪਤਾ ਕੀ ਕਰਿਆ ਕਹ ਰਿਹਾ ਵੀ ਯੂਐਨ ਵਾਲੇ ਤੋਂ ਚੱਲ ਉਸकी ਦੇਖ ਰਹੇ ਮਾ ਕਰਾਂਗੇ ਜਦ ਕਰਾਂਗੇ ਆਪਾਂ ਨਿਊ ਕਰਾਂ ਵੀ ਆਪਾਂ ਟਵਿੱਟਰ ਪਾ ਨਾ ਇੱਕ ਪੋਲ ਸਟਾਰਟ ਕਰਦੇ ਆ ਟਵਿੱਟਰ ਪਾ ਪੋਲ ਪਾ ਦਿਆ ਉਸਨੇ ਵੀ ਆਪਣਾ ਜਿਹੜੇ ਡੋਨਬਾਸ ਵਾਲੇ ਆ ਔਰ ਕ੍ਰੀਮੀਅਮ ਰਹਿਣ ਵਾਲੇ ਲੋਕ ਆ ਵੀ ਥਾਮ ਆਪਣਾ ਬਤਾਓ ਵੀ ਥਾਨੇ ਕਹਾਂ ਸਰ ਕਹਾਂ ਸੀ ਰਹਿਣਾ ਆ ਵੀ ਯੂਕਰੇਨ ਗਿਲ ਜਾਣਾ ਆ ਕਿ ਰਸ਼ੀਆ ਗਿਲ ਜਾਣਾ ਆ अच्छा इस ट्वीट के बाद एलन मस्क ने जेड़ा ट्वीट करया लूतहेनिया एक देश है उसका प्रेसिडेंट आ जॉनसा नाम तो मेरे पास पढ़े नहीं जानेगा उसका बहुत ਔខਾ ਨਾਮ ਆ ਗੀਤਾ ਗੀਤਾ ਨਾਜ਼ ਨੋਜ਼ ਡੈਜ਼ਾਇਓ ਰਹਿਣਦੇ ਹੋ ਨਾਮ ਤਾਂ ਮਾ ਪੜ ਲੀ ਉਸਕਾ ਕੀ ਆ ਇਸਨੇ ਪ੍ਰਧਾਨ ਜੀ ਨੇ ਕਿਹਾ ਇਸਨੇ ਜਿਹੜੇ ਲूतहेनिया ਕਾ ਪ੍ਰੈਜ਼ੀਡੈਂਟ ਆ ਇਸਨੇ ਟਵੀਟ ਕਰਿਆ ਵੀ ਐਲਨ ਮਸਕ ਭਾਈ ਸਾਹਿਬ ਦਾ ਮੈਨੂੰ ਨਿਊ ਭਤਾ ਵੀ ਜਿਹੜੀ ਤੇਰੀ ਟੈਸਲਾ ਕਾਰਾਂ ਜੇ ਉਸਕੇ ਕੋਈ ਟਾਇਰ ਖੋਲ ਕੇ ਲੈ ਜਾ ਵੀ ਤੋ ਸੋ ਰਿਆ ਹੋਵਾ ਬਾਹਰ ਤੇਰੀ ਕਾਰ ਖੜੀ ਹੋਵਾ ਉਸਕੇ ਟਾਇਰ ਖੋਲ ਕੇ ਕੋਈ ਲੈ ਜਾ ਤੋ ਕਿਆ ਜ ਉਹ ਟਾਇਰ ਖੋਲ ਕਰ ਲੈ ਗਿਆ ਜਿਹੜਾ ਚੋਰ ਆ ਤਾਂ ਕਿ ਉਹ ਕਾਰ ਨੂੰ ਓਨ ਕਰਾਗਾ? ਕਿਹਾ ਉਸਕਾ ਮਤਲਬ ਮਾਲਕ ਬਣ ਜਾਗਾ ਉਹ। ਨੈਕਸਟ ਟਵੀਟ ਜੋਨਸਾ ਕਰਾਇਆ ਉਹ ਅੰਬੈਸਡਰ ਆ ਜਰਮਨੀ ਦੇ ਅੰਦਰ ਯੂਕਰੇਨ ਕਾ ਅੰਬੈਸਡਰ ਉਸਨੇ ਟਵੀਟ ਕਰਿਆ ਵੀ ਭਾਈ ਆਪਾਂ ਟੈਸਲਾ ਕੀ ਕਾਰ ਤੋਂ ਕਿਹਾ ਆਪਾਂ ਤਾਂ ਕਬਾੜ ਵੀ ਨਹੀਂ ਖਰੀਦਦੇ ਟੈਸਲਾ ਕਾ ਵੀ ਉਹ ਜੋੜੇ ਹੱਥ ਆਪਣੇ ਘਰਾਂ ਲੰਗੋ। ਅੱਛਾ ਇਨ ਸਭ ਕੇ ਬਾਅਦ ਟਵਿੱਟਰ ਕੇ ਉੱਪਰ ਜਦੋਂ ਜਾਇਦ ਕੇ ਬਾਅਦ ਜਿਹੜਾ ਮੋਸਟ ਪਪੂਲਰ ਕੈਂਟ ਟਵੀਟ ਆਵਾ ਯੂਕਰੇਨ ਕੇ ਪ੍ਰੈਜ਼ੀਡੈਂਟ ਜ਼ਿਲੈਂਸਕੀ ਭਾਈ ਸਾਹਿਬ ਨੇ ਕਰਿਆ ਉਹਨਾਂ ਨੇ ਸਿੱਧਾ ਟਵਿੱਟਰ ਕੇ ਉੱਪਰ ਜਿਸ ਤਰ੍ਹਾਂ ਹੀ ਐਲਨ ਮਸਕ ਨੇ ਪੋਲ ਚਲਾਇਆ ਤਾਂ ਵੀ ਬਤਾਓ ਵੀ ਤੁਹਾਨੂੰ ਯੈਸ ਨੋ ਕੇ ਅੰਦਰ ਇਸ ਤਰ੍ਹਾਂ ਹੀ ਜ਼ਿਲੈਂਸਕੀ ਨੇ ਟਵੀਟ ਕਰਿਆ ਵੀ ਤੁਹਾਨੂੰ ਕੌਣ ਸਾ ਐਲਨ ਮਸਕ ਵਧੀਆ ਲਗਾ ਵੀ ਜੋਣ ਸਾ ਰਸੀਆ ਕੇ ਗਿਲ ਖੜਿਆ ਕਿ ਯੂਕਰੇਨ ਕੇ ਗਿਲ ਖੜਿਆ ਆ ਅੱਛਾ ਇਸ ਸਾਰੀ ਖਬਰ ਕੇ ਅੰਦਰ ਮਨ ਤੋਂ ਵੀ ਨਿਊ ਲਗਾ ਵੀ ਜਿਸ ਤਰ੍ਹਾਂ ਟਵਿੱਟਰ ਵਾਰ ਚਲਾਇਆ ਆਪਣੇ ਇੰਡੀਆ ਮਾ ਵੀ ਤੁਹਾਨੂੰ ਦੇਖ ਲਿਓ ਜਾਂ ਹੋਰ ਦੇਸ਼ਾਂ ਮਾ ਜਿੰਨੇ ਵੀ ਲੋਕ ਟਵਿੱਟਰ ਦੇ ਉੱਪਰ ਉਲਝਾ ਆ ਮੈਂ ਤਾਂ ਕਹਿੰਦਾ ਕੁਝ ਐਸੀ ਟੈਕਨੋਲੋਜੀ ਬਣਾਓ ਵੀ ਗੋਲੀਆਂ ਟੈਂਕ ਮਸੈਲਾ ਨੇ ਟਵਿੱਟਰ 'ਪਈ ਉਪਲਬਧ ਹੋ ਜਾ ਵੀ ਵਹੀ ਤੇ ਚਲਾ ਦਾ ਮਹੀਨ ਜਿਹੜਾ ਕਰ ਲਿਓ ਆਪਣਾ ਕੌਣ ਜਿੱਤਿਆ ਕੌਣ ਆ ਰਿਹਾ ਲੈ ਵੀ ਉਹ ਰਸ਼ੀਆ আর ਯੂਕਰੇਨ ਵਾਲੀ ਖਬਰ ਪੜਦੇ ਪੜਦੇ ਈਬੀਏ ਇੱਕ ਨਿਊਜ਼ ਸੁਣਨ ਨੂੰ ਮਿਲੀ ਆ ਆਪਣੇ ਰਿਪੋਰਟਰ ਹਰਸ਼ ਜੀ ਭੱਜੇ ਭੱਜੇ ਆਏ ਸਟੂਡੀਓ ਦੇ ਅੰਦਰ ਮੈਨੂੰ ਕਿਹਾ ਵੀ ਇੱਕ ਨਿਊਜ਼ ਇਹ ਵੀ ਬਤਾ ਦੇ ਆ ਜਿਹੜਾ ਕਰੀਮੀਆ আর ਰਸ਼ੀਆ ਦੇ ਵਿੱਚ ਮਾ ਪੂਲਾ ਉਸ 'ਪਾ ਅੱਗ ਲੱਗੀ ਆਈ ਡੋਂਟ ਨੋ ਆਈ ਡੋਂਟ ਨੋ ਨਹੀਂ ਈਬੀ ਇਸਕਾ ਪਤਾ ਨਹੀਂ ਲੱਗਾ ਵੀ ਅੱਗ ਕਿਉਂ ਲੱ ਤੇ ਉੱਪਰ ਆਵਾਜ਼ਾਂ ਹੀ ਬੰਦ ਆ ਜਿਵੇਂ ਸੰਦੀਪ ਨੇ ਰਸ਼ੀਆ ਤੇ ਯੂਕਰੇਨ ਦੀ ਲੜਾਈ ਦਾ ਅਪਡੇਟ ਦਿੱਤਾ ਐਵੇਂ ਇੱਕ ਹੋਰ ਅਪਡੇਟ ਹੈ ਅੱਜ ਦੀ ਘੜੀ ਚ ਰਸ਼ੀਆ ਯੂਕਰੇਨ ਨੂੰ ਸਾਰਨੋਂ ਵੱਧ ਹਥਿਆਰ ਸਪਲਾਈ ਕਰ ਚੁੱਕਾ ਹੈ ਹੁਣ ਤੁਹਾਨੂੰ ਕਨਫਿਊਜ਼ਨ ਇਹ ਹੋਊਗੀ ਵੀ ਇਹ ਕਿਵੇਂ ਹੋ ਸਕਦਾ ਵੀ ਲੜਾਈ ਤਾਂ ਰਸ਼ੀਆ ਤੇ ਯੂਕਰੇਨ ਦੀ ਹੈ ਕੀ ਰਸ਼ੀਆ ਯੂਕਰੇਨ ਨੂੰ ਇੰਨੇ ਹਥਿਆਰ ਕਿਵੇਂ ਦੇ ਸਕਦਾ ਉਹਦਾ ਰੀਜ਼ਨ ਇਹ ਹੈ ਵੀ ਜਿਵੇਂ ਤੁਸੀਂ ਇੱਕ ਬੱਬੂ ਮਾਨ ਦਾ ਗਾਣਾ ਸੁਣਿਆ ਨਾ ਵੀ ਅੜਬ ਪੰਜਾਬੀ ਥਪੜਾ ਮਾਰ ਕੇ ਅਸਲਾ ਖੋਹ ਲੈਂਦਾ ਪੰਜਾਬੀਆਂ ਦਾ ਪਤਾ ਨਹੀਂ ਪਰ ਯੂਕਰੇਨ ਨੇ ਜਿੰਨੇ ਰਸ਼ੀਆ ਦੇ ਹਥਿਆਰ ਯੂਕਰੇਨ ਤੇ ਖੜਾ ਸੀ ਸਾਰੇ ਹੀ ਖੋਲਿਆ ਪੂਰੀ ਯੂਰ ਉਦੋਂ ਯੂਐਸਏ ਨੇ ਯੂਕਰੇਨ ਨੂੰ 550 ਆਰਮਡ ਵਹੀਕਲ ਦਿੱਤੇ ਸੀ ਤੇ 682 ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਦੱਬਲੇ ਹੁਣ ਮਤਲਬ ਰਸ਼ੀਆ ਨੂੰ ਇੱਕ ਚੀਜ਼ ਸਮਝ ਨਹੀਂ ਆ ਰਹੀ ਵੀ ਹਥਿਆਰ ਹੋਣਾ ਕੋਈ ਵੱਡੀ ਗੱਲ ਨਹੀਂ ਹਥਿਆਰ ਚਲਾਉਣ ਵਾਲੇ ਬੰਦੇ ਹੋਣੇ ਜ਼ਰੂਰੀ ਨੇ ਹੁਣ ਜਿੱਦ ਤੱਕ ਰਹੀ ਰਸ਼ੀਆ ਦੇ ਬੰਦਿਆਂ ਦੀ ਗੱਲ ਰਸ਼ੀਆ ਸਿਵਿਲਿਅਨਸ ਨੂੰ ਚੱਕ ਚੱਕ ਕੇ ਮਿਲਟਰੀ ਚ ਬਾੜੀ ਤਾਂ ਜਾਂਦਾ ਪਰ ਰਸ਼ੀਆ ਮੇਰੇ ਖਿਆਲ ਨਾਲ ਰਸ਼ਣ ਹੋਈ ਚੀ ਸਮਝ ਨਹੀਂ ਆ ਰਹੀ ਵੀ ਜਦੋਂ ਤੁਸੀਂ ਮਿਲਟਰੀ ਚ ਬੰਦੇ ਨੂੰ ਬਾੜਦੇ ਹੋ ਤਾਂ ਉਹਦੇ ਚ ਇੱਕ ਵਿਲ ਟੂ ਫਾਈਟ ਹੋਣੀ ਚਾਹੀਦੀ ਹੈ ਆਜੋ ਕਿ ਸਰਬਜੀਤ ਦੀ ਆਵਾਜ਼ ਇਕ ਰਸ਼ੀਅਨ ਸੋਲਜਰ ਦੀ ਇੱਕ ਵੀਡੀਓ ਸੁਣਦੇ ਆ ਮੇਰਾ ਨਾਮ ਹੈ ਮਖਾਇਲ ਅਲੈਕਸੀ ਵਿੱਚ ਕੋਲਿਕੋ 21 ਸਤੰਬਰ ਨੂੰ ਮੈਨੂੰ ਮੈਡੀਕਲ ਚੈੱਕਅਪ ਵਾਸਤੇ ਬੁਲਾਇਆ ਤੇ 25 ਤਰੀਕ ਨੂੰ ਮੈਨੂੰ ਯੂਕਰੇਨ ਭੇਜ ਦਿੱਤਾ ਮੈਡੀਕਲ ਚੈੱਕਅਪ ਤੋਂ ਪਹਿਲਾਂ ਮੈਂ ਗੂਗਲ ਕਰਿਆ ਕਿ ਸਰੈਂਡਰ ਕਿਵੇਂ ਕਰਿਆ ਜਾਵੇ ਤਾਂ ਕਿ ਮੈਂ ਮਰਨ ਨੂੰ ਬਚ ਜਾਵਾਂ ਜਿੱਥੋਂ ਮੈਨੂੰ ਟੈਲੀਗ੍ਰਾਮ ਦਾ ਇੱਕ ਚੈਨਲ ਮਿਲਿਆ ਆਈ ਵਾਂਟ ਟੂ ਲਿਵ ਯੂਕਰੇਨੀਅਨ ਗਵਰਨਮੈਂਟ ਦਾ ਇਹ ਪ੍ਰੋਗਰਾਮ ਸੀ ਜਿੱਥੇ ਮੈਨੂੰ ਇੱਕ ਹੌਟਲਾਈਨ ਨੰਬਰ ਮਿਲਿਆ ਜਿਹਦੇ ਤੇ ਮੈਂ ਫੋਨ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਮੈਂ ਮਰਨਾ ਨਹੀਂ ਚਾਹੁੰਦਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੀ ਕਰਨਾ ਹੈ ਤੇ ਕਿੱਥੇ ਜਾਣਾ ਹੈ ਤਾਂ ਕਿ ਮੈਂ ਮਾਰਿਆ ਨਾ ਜਾਵਾਂ ਲਓ ਇਹ ਅਗਲੀ ਖਬਰ ਉਹਦੇ ਤੇ ਵੀ ਜਦੋਂ ਦਾ ਕੈਪਟਨ ਸਾਹਿਬ ਨੇ ਇਹ ਫੈਸਲਾ ਲਿਆ ਹੈ ਵੀ ਸਰਕਾਰੀ ਬੱਸਾਂ 'ਚ ਔਰਤਾਂ ਦਾ ਸਫ਼ਰ ਫ੍ਰੀ ਹੋਊਗਾ ਉਹਨਾਂ ਦੇ ਪ੍ਰਾਈਵੇਟ ਬੱਸਾਂ ਵਾਲੇ ਦੇ ਵਿਚਾਰਾਂ ਦਾ ਧੂਆਂ ਨਿਕਲਿਆ ਪਿਆ ਹੈ ਤੇ ਉਹ ਹੁਣ ਮਿੰਤਾਂ ਤੇ ਉਤਰਿਆ ਏ ਇੱਕ ਬੱਸ ਅਡੇ ਦੇ ਜਦੋਂ ਇੱਕ ਬੀਬੀ ਨੇ ਪ੍ਰਾਈਵੇਟ ਬੱਸ ਦੀ ਟਾਕੀ ਚ ਪੈਰ ਰੱਖਿਆ ਤਾਂ ਉਹਦੇ ਤੇ ਫੁੱਲ ਵਰਸਾਏ ਗਏ ਤਿਹਾਰ ਪਾਏ ਗਏ ਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਲਿਬੜਾ ਦੀਆਂ ਬੱਸਾਂ ਪਿੰਡ ਦੀਆਂ ਗਲੀਆਂ ਚ ਫੂ 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 ਕਰਦੀਆਂ ਫਿਰਦੀਆਂ ਆਉਣਗੀਆਂ ਵੀ ਅਸੀਂ ਤਾਂ ਵੇੜੇ ਚਲਾ ਕੇ ਆਵਾਂਗੇ ਥੋਨੀ ਤੁਸੀਂ ਚੜੋ ਸਹੀ ਸਾਡੀ ਬੱਸ ਚ ਲੋ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਹੁਣ ਵਿਆਹ ਕੈਂਪੇਨ ਸ਼ੁਰੂ ਕੀਤਾ ਹੋਇਆ ਹੈ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਆਪ ਕਰਾਇਆ ਫੇਰ ਇੱਕ ਸਨੌਰ ਵਾਲੇ ਐਮਐਲਏ ਸਾਹਿਬ ਨੇ ਕਰਾਇਆ ਉਹਨਾਂ ਦਾ ਉਹਨਾਂ ਦਾ ਮੁੱਲ ਦਾ ਵਿੱਚੇ ਦੂਈ ਨੂੰ ਵੀ ਨਹੀਂ ਛੱਡਿਆ ਆਇਆ ਕਰੇ ਐਂ ਚੱਲੀ ਜਾ ਰਿਹਾ ਕਰਾੜਾ ਤੇ ਹੁਣ ਨੰਬਰ ਆਇਆ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਦਾ ਉਹਨਾਂ ਨੇ ਵਿਆਹ ਕਰਾਇਆ ਮਨਦੀਪ ਸਿੰਘ ਲੱਖੇਵਾਲ ਨਾਲ ਕੁਝ ਕੁ ਸੂਤਰ ਇਹ ਵੀ ਦੱਸਦੇ ਨੇ ਵੀ ਜਿਹੜੀ ਉਹਨਾਂ ਨੇ ਰਖੜੀ ਵਾਲੇ ਦਿਨ ਫੋਟੋ ਅਪਲੋਡ ਕੀਤੀ ਸੀ ਉਹਦੇ 'ਚ ਉਹਨਾਂ ਨੇ ਇਸ ਬੰਦੇ ਦੇ ਰਖੜੀ ਵੀ ਬੰਨੀ ਸੀ ਹੁਣ ਆਈ ਡੋਨਟ ਨੋ ਅਸਲੀ ਚੀਜ਼ ਕੀ ਹੈ ਪਰ ਚਲੋ ਜੋ ਵੀ ਹੈ ਬਦਲਾਅ ਤਾਂ ਆ ਹੀ ਰਿਹਾ ਆ ਨੈਕਸਟ ਨਿਊਜ਼ ਆ ਗਾਜ਼ੀਆਬਾਦ ਪੁਲਿਸ ਕੀ ਹੰਸੀ ਜਦ ਨਹੀਂ ਰੁਕੀ ਜਦ ਉਹਨਾਂ ਨੂੰ ਕਿਸੇ ਬੰਦੇ ਨੇ ਬਤਾਇਆ ਵੀ ਪ੍ਰਧਾਨ ਜੀ ਚੌਂਕੇ ਉੱਪਰ ਕੋਈ ਬੰਦਾ ਖੜਕਾ ਗੈਰ ਕਾਨੂੰਨੀ ਤਰੀਕੇ ਗਿਲ ਟੈਕਸ ਵਸੂਲ ਕਰ ਰਿਹਾ ਜਿਹੜੇ ਟਰੱਕਾਂ ਆਇਆ ਆ ਜਿਹੜੇ ਹੋਰ ਸਮਾਨ ਲੈ ਜਾ ਜਾਂ ਟੈਂਪੂ ਵਗੈਰਾ ਵੀ ਉਹਨੂੰ ਪਤੇ ਪੈਸੇ ਲੈ ਰਿਹਾ ਜਦ ਗਾਜ਼ੀਆਬਾਦ ਪੁਲਿਸ ਵਾ ਹਸੀ ਨਹੀਂ ਰੁਕੀ ਵੀ ਉਹ ਬੰਦਾ ਮਾਰਾ ਤਾਂ ਹੋ ਨਹੀਂ ਸਕਦਾ ਹੈ ਮੰਨਿਆ ਕਿ ਉਸकी ਬੋਡੀ ਸ਼ੇਪ ਪੁਲਿਸ ਵਾਲਿਆਂ ਦੇ ਰਿਲੇਟਡ ਹੈ ਥੋੜੀ ਬਹੁਤ ਉਸਕਾ ਆ ਸਰਜੀਤ ਦਾ ਕਹਿਣਾ ਕਿ ਡੀਜੀਪੀ ਕੇ ਰੈਂਕ ਕੇ ਲੈਵਲ ਦਾ ਬੋਡੀ ਸਟਰਕਚਰ ਹੈ ਬਾਈ ਦਾ ਜੇ ਤਾਂ ਅਸੀਂ ਇਸ ਬੰਦੇ ਨੂੰ ਧਿਆਨ ਗੇਲ ਦੇਖਾਂਗੇ ਜੋ ਨਕਲੀ ਪੁਲਿਸ ਵਾਲਾ ਅਰ ਇਸकी ਉਮਰ ਸਿਰਫ 23 ਸਾਲ ਆ ਆ ਪ੍ਰਧਾਨ ਜੀ ਕੀ ਮਤਲਬ ਜਿੱਪ ਵੀ ਖੁੱਲ ਗਈ ਦੇਖਿਓ ਇਸकी ਬੈਲਟ ਇਸ ਪਤੇ ਹੱਥ ਜੋੜਗਾ ਮਾਫੀ ਮੰਗ ਰਹੀ ਵੀ ਪ੍ਰਧਾਨ ਜੀ ਆ ਮੈਨੂੰ ਤਾਂ ਇਸकी ਫੋਟੋ ਦੇਖ ਕੇ ਨਿਊ ਲੱਗ ਰਿਹਾ ਵੀ ਇਸकी ਜਿਹੜੀ ਵਰਦੀ ਪਾਈ ਹੋਈ ਹੈ ਇਸਨੇ ਉਹ ਵਰਦੀ ਇਸ ਪਤੇ ਸੌਰੀ ਮੰਗ ਰਹੀ ਵੀ ਬਾਈ ਮੈਨੂੰ ਤਾਰ ਦੇ ਪੁਲਿਸ ਮੇਰੇ ਪਤੇ ਕਿਹਾ ਸੀ ਗੁਨਾਹ ਹੋ ਗਿਆ ਵੀ ਜਿਹੜਾ ਤਨੇ ਮੈਨੂੰ ਪਾਇਆ ਵਾ ਆ ਜਦ ਪੁਲਿਸ ਵਾਲੇ ਪਹੁੰਚੀ ਇਸਤੇ ਪੁੱਛਿਆ ਵੀ ਪ੍ਰਧਾਨ ਜੀ ਕਿਹੜਾ ਚੱਕਰ ਆ ਵੀ ਤਾ ਕਿਉਂ ਬਣਾ ਨਕਲੀ ਪੁਲਸ ਵਾਲਾ ਬਣ ਕੇ ਉਰਾ ਚੌਣ ਕਰ ਰਹਾ ਮਤਲਬ ਲੋਗਾਂ ਬਤੇ ਪੈਸੇ ਇਕੱਠੇ ਕਰ ਰਹਾ ਅਵੈਦ ਵਸੂਲੀ ਕਰ ਰਹਾ ਤੋ ਇਸਨੇ ਕਿਹਾ ਕਹਿ ਰਹਾ ਜੀ ਮੈਂ ਆਪਣਾ ਟੋਲ ਟੈਕਸ ਪਤੇ ਲਗਾ ਕਰੂ ਤਾਂ ਵੀ ਪੈਸੇ ਬਹੁਤ ਦੇਣੇ ਪੜੇਕਰਾਂ ਤੇ ਤੋ ਟੋਲ ਟੈਕਸ ਬਚਾਣੇ ਕਰਕੇ ਪ੍ਰਧਾਨ ਜੀ ਨਕਲੀ ਪੁਲਸ ਵਾਲਾ ਹੀ ਬਣ ਗਿਆ ਔਰ ਜਦ ਹਮ ਇੱਕ ਹੋਰ ਵੀਡੀਓ ਦੇਖਾਂਗੇ ਨਾ ਪੁਲਸ ਵਾਲੇ ਇਸਨੂੰ ਪਕੜ ਕੇ ਲੈ ਜਰੇ ਜਿਸ ਤਰ੍ਹਾਂ ਮੈਂ ਸਹੀ ਗੱਲ ਮ ਫਾਗੜਾ ਵੀ ਚੱਲ ਇੱਧਰ ਭੈਣ ਜੋ ਬਣਾਵਾ ਤੈਨੂੰ ਪੁੱਲ ਸੀ ਆਈ ਵੀ ਮੋਦੀ ਨੇ ਕੁਝ ਕੁ ਦਿਨ ਪਹਿਲਾਂ ਬੰਦੇ ਮਾਤਰਮ ਰੇਲ ਦਾ ਉਦਘਾਟਨ ਕੀਤਾ ਜਿਹਦੇ ਚ ਮੋਦੀ ਉਦਘਾਟਨ ਕਰਦੇ ਹੋਏ ਕਹਿੰਦਾ ਕਿ ਵੀ ਟ੍ਰੇਨ ਦਾ ਖੜਕਾ ਜਹਾਜ਼ ਨਾਲੋਂ 100 ਗੁਣਾ ਘੱਟ ਹੈ ਤੇ ਪਿਛਲੇ ਦੋ ਦਿਨਾਂ ਤੋਂ ਇੱਕ ਦਿਨ ਤਾਂ ਟ੍ਰੇਨਾਂ گاਵਾਾਂ 'ਚ ਵੱਜੀ ਦੂਜੇ ਦਿਨ ਟ੍ਰੇਨ ਮੱਜਾਂ 'ਚ ਵੱਜੀ ਮੈਨੂੰ ਲੱਗਦਾ ਉਹਨੂੰ ਖੜਕਾ ਨਹੀਂ ਸੁਣ ਰਿਹਾ ਤਾਂ ਕਰਕੇ ਮੱਜਾਂ ਤੇ گاਵਾਾਂ ਟ੍ਰੇਨ 'ਚ ਵੱਜੀ ਜਾਂਦੀਆਂ ਨੇ ਜਿੱਥੇ ਤੱਕ ਅਹੀ ਖੜਕੇ ਦੀ ਗੱਲ ਹੁਣ ਸਾਇੰਟਿਸਟ ਮੋਦੀ ਨੂੰ ਕੀ ਸਮਝਾਵੇ ਵੀ ਜਹਾਜ਼ 400-500 ਕਿਲੋਮੀਟਰ ਦੀ ਸਪੀਡ ਤੇ ਚ ਮੁੱਦੂ ਨਿੱਕਾ ਐਡਵਾਈਸ ਹੈ ਕਿ ਜਿਹੜੀ ਮਨ ਕੀ ਬਾਤ ਹੈ ਉਹ ਪਹਿਲਾਂ ਮਨ ਚ ਇੱਕ ਵਾਰੀ ਬੋਲਿਆ ਕਰੇ ਲਾਈਵ ਬਾਅਦ ਚੋ ਕਰਿਆ ਕਰੇ ਲਓ ਜੀ ਉਹ ਇੱਕ ਅਗਲੀ ਖਬਰ ਹੋਰ ਆ ਪੰਜਾਬ ਚ ਗੈਂਗਸਟਰ ਬਾਦ ਦੀਆਂ ਨਿਊਜ਼ ਬਹੁਤ ਚੱਲ ਰਹੀਆਂ ਪਰ ਇੱਕ ਬਹੁਤ ਹੀ ਮੁਸ਼ਤੈਦ ਪੁਲਿਸ ਦੀ ਕਸਟਡੀ ਚੋਂ ਇੱਕ ਗੈਂਗਸਟਰ ਫਰਾਰ ਹੋ ਗਿਆ ਟੀਨੂ ਤੇ ਉਹਦੇ ਮਾਮਲੇ ਚ ਕੇਐਸਆਈ ਨੂੰ ਗ੍ਰਿਫਤਾਰ ਕੀਤਾ ਹੋਇਆ ਪ੍ਰਿਤਪਾਲ ਸਿੰਘ ਨੂੰ ਜੇ ਉਹਨੂੰ ਹੁਣ ਜਦੋਂ ਰਿਮਾਂਡਰ ਮੂਵਡ ਤੋਂ ਬਾਅਦ ਬਾਹਰ ਲੈ ਕੇ ਆਇਆ ਤਾਂ ਪੱਤਰਕਾਰ ਉਹਨੂੰ ਕਹਿੰਦਾ ਵੀ ਜੀ ਇਹੋ ਜਿਹਾ ਕੀ ਹੋ ਗਿਆ ਸੀ ਵੀ ਟੀਨੂ ਫਰਾਰ ਹੋ ਗਿਆ ਤੁਹਾਡੇ ਚ ਉਹ ਫਿਰ ਡਿਊਟੀ 24 ਘੰਟੇ ਹੁੰਦੇ ਨੇ ਮਾੜੀ ਅੱਖ ਲੱਗੀ ਸੀ ਹਾਂ ਫਿਰ ਉਹ ਭੱਜ ਗਿਆ ਮਾੜੀ ਅੱਖ ਹਾਂ ਮਾੜੀ ਅੱਖ ਲੱਗੀ ਸੀ ਕਿਸੇ ਨੇ ਵੀ ਜੁਰਮ ਕਰਨਾ ਪੰਜਾਬ ਚ ਆ ਕੇ ਕਰੋ ਪੰਜਾਬ ਦੇ ਪੁਲਿਸ ਵਾਲੇ ਤੁਹਾਨੂੰ ਇੰਨੀ ਫੈਸਿਲਿਟੀਆਂ ਦੇਣਗੇ ਵੀ ਜੇ ਤੁਸੀਂ ਗੈਂਗਸਟਰੋਂ ਤਾਂ ਤੁਹਾਨੂੰ ਤੁਹਾਡੀ ਗਰਲਫ੍ਰੈਂਡ ਨਾਲ ਵੀ ਮਲਾਇਆ ਜਾਊਗਾ ਜਿਹੜੀ ਕਿ ਆਪ ਪੁਲਿਸ ਮੁਲਾਜ਼ਮ ਹੋਊਗੀ ਤੇ ਤੁਹਾਨੂੰ ਜਾਂਦੇ ਜਾਂਦੇ ਐਂ ਭਜਾ ਦਿੱਤਾ ਜਾਊਗਾ ਤੇ ਐਸਆਈ ਨੂੰ ਜਦੋਂ ਪੁੱਛਿਆ ਜਾਊ ਵੀ ਹਾਂ ਇੰਨਾ ਖਤਰਨਾਕ ਗੈਂਗਸਟਰ ਕਿਵੇਂ ਭੱਜ ਗਿਆ ਉਹ ਵੀ ਜਿਹੜਾ ਇੱਕ ਬਹੁਤ ਵੱਡੇ ਪੰਜਾਬੀ ਸਿੰਗਰ ਦੇ ਕਤਲ ਕੇਸ ਚ ਅੰਦਰ ਐ ਸਿੱਧੂ ਮੂਸੇ ਵਾਲੇ ਦੇ ਕੇਸ ਚ ਅੰਦਰ ਐ ਟੀਨੂ ਤੇ ਉਹ ਜਦੋਂ ਭੱਜ ਜਾਂਦਾ ਤਾਂ ਐਸਆਈ ਜਵਾਬ ਦਿੰਦਾ ਵੀ ਮਾੜੀ ਯਕ ਲੱਗੀ ਸੀ ਹਾਂ ਬਈ ਨੈਕਸਟ ਨਿਊਜ਼ ਆ ਜੌਨ ਸੇ ਵੀ ਘਰਾਂ ਆਪਣੇ ਕਿਸੇ ਨੂੰ ਖਾਂਸੀ ਹੋਵਾ ਜਖਾਮ ਹੋਵਾ ਫਿਰ ਉਸਕੇ ਬਾਅਦ ਮੈਂ ਘਰ ਕੇ ਉਹਨਾਂ ਨੂੰ ਕਹਦੇ ਆਂ ਵੀ ਨੇੜੇ ਨੂੰ ਕਹਦੇ ਆਂ ਵੀ ਉਹ ਪੀਣ ਲਈ ਆਇਓ ਆਪਣਾ ਕਫ ਸੀਰਪ ਲਈ ਆਇਓ ਆਪਣਾ ਵੀ ਥੋੜਾ ਧਿਆਨ ਗੇ ਲੈ ਲੋਈਬ ਕਿਉਂਕਿ WHO ਜਾਨਸੀ World Health Organization ਨੇ ਇੱਕ ਐਡਵਾਈਜ਼ਰੀ ਜਾਰੀ ਕਰੀਆ ਆ ਇੱਕ ਕੰਪਨੀ ਆ ਸੋਨੀਪਾਤ ਆਪਣੇ ਹਰਿਆਣਾ ਦੇ ਅੰਦਰ ਆਪਣਾ ਹਰਿਆਣਾ ਗਿਆ ਹੁਣ ਆਪਣੇ ਹਰਿਆਣਾ ਦੇ ਅੰਦਰ ਮੈਡਨ ਫਾਰਮਾਸਿਊਟੀਕਲ ਕਰਕਾ ਕੰਪਨੀ ਦਾ ਨਾਮ ਆ ਉਨਕੀ ਚਾਰ ਸੀਰਪਾ ਉਸਕੇ ਉੱਪਰ ਬੈਨ ਲਾ ਦਿਆ ਗाम्बिया ਕਰਕਾ ਇੱਕ ਦੇਸ਼ਾ ਵਾਹ ਸੀ 64 ਬੱਚੇ ਮਰ ਗਏ ਜੋ ਜਿਹੜਾ ਖਾਂਸੀ ਹਟਾਣੇ ਵਾਲਾ ਕਫ ਸੀਰਪ ਜਿਹੜੀ ਦਵਾਈ ਹੋਵਾ ਥਮ ਪੀਵਾ ਤਾਂ ਮਨੀ ਮਤਲਬ ਉਹਨੇ ਪੀਤੀ ਉਹਨਾਂ ਦੇ ਚਾਰ ਨ ਬੱਚੇ ਮਰ ਗਏ ਚਾਰ ਕਫਸੀਰ ਬਾਨੇ ਥਰੀ ਸਕਰੀਨ ਦੇ ਉੱਪਰ ਆ ਗਈ ਹੋਗੀ ਨੇ ਆ ਜੌਨ ਸੀਨ ਮੈਂ ਥਾਰੇ ਘਰਾਂ ਪੜੀ ਆ ਉਹਨੂੰ ਚੱਕ ਕਬਾੜਵਾ ਗੇਰ ਦਿਓ ਖਾਂਸੀ ਗਤ ਪਤਾ ਨਹੀਂ ਸਾਹ ਜ਼ਰੂਰ ਬੰਦ ਕਰ ਦੇਗੀ ਬੇਟੇ ਥਰੀ ਉਹ ਹੁਣ ਦੁਸ਼ਹਿਰਾ ਆ ਕੇ ਹਟਿਆ ਤੇ ਹਰੇਕ ਸ਼ਹਿਰ ਚ ਲੋਕਾਂ ਨੇ ਰਾਵਣ ਮੇਗਨਾਥ ਤੇ ਕੁੰਭ ਕਰਨ ਦਾ ਪੁਤਲਾ ਫੁਕਿਆ ਤੇ ਕੁਝ ਕੁ ਜਗ੍ਹਾ ਤੇ ਰਾਵਣ ਗੁੱਸਾ ਕਰ ਗਿਆ ਇੱਕ ਹਰਿਆਣੇ ਚ ਹੋਇਆ ਕਿ ਲੋਕ ਜੋ ਰਾਵਣ ਨੂੰ ਅੱਗ ਲੱਗੀ ਸੀ ਲੋਕ ਨੱਚ ਖੇਡ ਰਹੇ ਸੀ ਫਿਰ ਰਾਵਣ ਦਾ ਦਿਮਾਖ ਖਰੋ ਹੋਇਆ ਤੇ ਰਾਵਣ ਨੇ ਫਿਰ ਉੱਤੀ ਛਾਲ ਮਾਰੀ ਉਹਨਾਂ ਦੇ ਇੱਕ ਹੋਰ ਜਗ੍ਹਾ ਕੀ ਹੋਇਆ ਕਿ ਰਾਵਣ 90% ਮਚ ਗਿਆ ਸੀ ਉਸ ਤੋਂ ਬਾਅਦ ਲੋਕਾਂ ਨੇ ਉੱਥੇ ਨੱਚਣਾ ਹਾ-ਹਾ ਹੀ ਕਰਨਾ ਸ਼ੁਰੂ ਕਰ ਦਿੱਤਾ ਰਾਵਣ ਉਹ ਚੀਜ਼ ਦਾ ਗੁੱਸਾ ਕਰ ਗਿਆ ਫਿਰ ਰਾਵਣ ਨੇ ਲੋਕਾਂ 'ਤੇ ਅਟੈਕ ਕਰਤਾ ਰਾਵਣ ਦੇ ਹਨੇਰੀ ਦੌਰਾਨ ਬੁਤਲੇ 'ਤੇ ਲਗੇ ਰਾਕਟ ਅਚਾਨਕ ਭੀੜ की तरफ चले गए और एक बार नहीं बल्कि कई बार अलग-अलग रॉकेट ਭੀੜ ਕੀ ਔਰ ਉੜਤੇ ਚਲੇ ਗਏ ਕੈਨੇਡੀਅਨ ਸਰਕਾਰ ਨੇ ਸਟੂਡੈਂਟਸ ਵਾਸਤੇ ਨਵਾਂ ਫੈਸਲਾ ਲਿਆ ਵੀ ਹੁਣ ਜਿਹੜਾ 20 ਘੰਟੇ ਹੀ ਮਿਲਦੇ ਸੀ ਉਹਨਾਂ ਨੂੰ ਹਫਤੇ 'ਚ ਕੰਮ ਕਰਨ ਵਾਸਤੇ ਉਹ ਉਹਨਾਂ ਨੇ ਬੈਨ ਹੁਣ ਚੱਕਤਾ ਹੁਣ ਕਿਸੇ ਨੂੰ ਲੁਕ-ਲੁਕ ਕੇ ਕੰਮ ਕਰਨ ਦੀ ਲੋੜ ਨਹੀਂ ਹੈਗਾ ਖੁੱਲ੍ਹ ਕੇ ਕੰਮ ਕਰ ਸਕਦੇ ਹੋ ਤੁਸੀਂ ਤੇ ਜਿਹੜੇ ਪਹਿਲਾਂ ਬਹਾਨੇ ਲਾਉਂਦੇ ਸੀ ਉਹ ਫਿਰ ਵਰਕ ਪਰਮਿਟ ਨਹੀਂ ਨਾ ਹੈ ਤਾਂ ਕਰਕੇ ਪਰਸ ਨਹੀਂ ਦਿੱਤੇ ਫਲਾਣਾ ਹੁਣ ਉਹ ਸਭ ਖਤਮ ਹੋ ਗਿਆ ਹੁਣ ਲੋਨ ਟਾਈਮ ਫਿਰ ਰਿਮੋਟ ਨੇ ਪੈਣਗੇ ਤੇ ਪਾਪਾ ਹੁਣ ਕਹੂ ਵੀ ਹਾਂ ਕਿੱਧਰ ਵੀ ਲੱਗ ਲੱਗਿਆ ਸੀ ਹੋਰਾ ਹੋਰਾ ਵਾਪਸ ਭੇਜੋ ਸਾਰਾ ਕੰਮ ਕਰ ਸਕਾਉਣ ਤੂੰ ਆ ਨੈਕਸਟ ਨਿਊਜ਼ ਆ ਜੌਨਸ ਆਪਣਾ ਨਵੇਂ-ਨਵੇਂ ਨਿਆਣੇ ਸ਼ੋਰ ਟ੍ਰੈਂਡ ਚ ਲਿਆ ਆ ਕਾਰਾਂ ਆਪਣਾ ਲਾ ਲੈਣੀ ਆ ਸੜਕ ਦੇ ਉੱਪਰ ਕਾਰ ਕੇ ਉੱਪਰ ਕੇਕ ਰੱਖ ਲੈਣਾ ਜੀ ਫਿਰ ਕਟਾਂਗੇ ਮੂੰਪਾ ਲਾਵਾਂਗੇ ਟ੍ਰੈਫਿਕ ਚਲਦੀ ਹੋਵਾ ਟ੍ਰੈਫਿਕ ਦੇ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ আর ਇਸ ਤਰ੍ਹਾਂ ਦੇ ਥਾਂਨੇ ਐਕਸੀਡੈਂਟ ਵੀ ਬਥੇਰੇ ਦੇਖੇ ਹੋਣੇ ਫਿਰ ਗਾਜ਼ੀਆਬਾਦ ਕੇ ਉੱਪਰ ਐਕਸਪ੍ਰੈਸ ਵੇ ਆ ਮਤਲਬ ਨੈਸ਼ਨਲ ਹਾਈਵੇ ਰੇਲ ਓਵਰ ਬ੍ਰਿਜ ਉਸਕੇ ਉੱਪਰ ਪ੍ਰਧਾਨ ਜੀ ਨੇ ਦੋ ਕਾਰਾਂ ਲਾ ਕੇ ਆਪਣੇ ਜਨਮ ਦਿਨ ਦਾ ਮਹਾ ਜਸ਼ਨ ਮਨਾ ਰਹੇ ਆਤਸ਼ਬਾਜ਼ੀਆਂ ਬੰਬ ਸੁਤਲੀ ਬੰਬ ਪੜਾਕੇ ਸ਼ਾਟ ਸੋਮਾ ਜੌਨ ਸੇ 20 ਤੀ ਇਕੱਠੀ ਚਲਾ ਉਹ ਆਪਣਾ ਚਲਾ ਰਹੇ ਪੁਲਿਸੀਆਂ ਨੂੰ ਜਿਸ ਤਰ੍ਹਾਂ ਹੀ ਖਬਰ ਮਿਲੀ ਦੋ ਨਿਆੜੇ ਨੇ ਉਹਨਾਂ ਨੂੰ ਚੱਕਿਆ ਬਾਰਮਿਕ ਭਰਮੀ ਕਲਾਸਾਂ ਪੜਨ ਦੇ ਵਾਲੇ ਤੇ ਪੁਲਿਸ ਵਾਲੇ ਜਨਮ ਦਿਨ ਮਨਾਇਆ ਤੇ ਉਨ੍ਹਾਂ ਦਾ ਜਨਮ ਦਿਨ ਵੀ ਮਨਾਇਆ ਮਾਸੀ ਕੀਆ ਕਾਰ ਉਹਨ ਕੀ ਜਬਤ ਵੀ ਕਰ ਲਈ ਪੁਲਿਸ ਸਟੇਸ਼ਨ 'ਵਾਂ ਲੈ ਗਏ ਚੰਗੀ ਤਰ੍ਹਾਂ ਫਿਰ ਉਹਨਾਂ ਦਾ ਕੇਕ ਕੱਟਿਆ ਇਸ ਖਬਰ ਨੂੰ ਦੇਖਦੇ ਹੋਏ ਨਿਆਣਿਆਂ ਤੇ ਮੇਰੀ ਬੇਨਤੀ ਓਹੀ ਆ ਵੀ ਆਪਣਾ ਘਰਾਂ ਆਰਾਮ ਤੇ ਬੈਠ ਕੇ ਕੇਕ ਕੱਟ ਲਿਓ ਜੇ ਇਤਨੀ ਚੁੱਲਮਿਚਰੀ ਆ ਕਹੀਂ ਪਾਰਕ 'ਮਾਂ ਜਾ ਕੇ ਕੱਟ ਲਿਓ ਜਾਂ ਕਹੀਂ ਆਪਣੇ ਜਿਹੜਾ ਘਰ 'ਮਾਂ ਗੋਆ 'ਮਾਂ ਬੇੜਾ ਹੋਵਾ ਵਾਹਾਂ ਆਪਣੀ ਕਾਰ ਲਗਾ ਕੱਟ ਸਗਾ ਹੁਣ ਇੰਡੀਅਨ ਗਵਰਨਮੈਂਟ ਨੇ ਅਮਰਿਤਪਾਲ ਦਾ ਟਵਿੱਟਰ ਇੰਡੀਆ 'ਚ ਬੈਨ ਕਰਤਾ ਤੇ ਉਹਨਾਂ ਦੇ ਮੁਤਾਬਕ ਕਹਿਣਾ ਹੈ ਕਿ ਅਮਰਿਤਪਾਲ ਬੜਕਾਉ ਗੱਲਾਂ ਕਰਦਾ ਹੁਣ ਅਮਰਿਤਪਾਲ ਬਾਰੇ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਬੰਦਾ ਪਾਕਿਸਤਾਨ ਤੋਂ ਆਇਆ ਤੇ ਇਹਦੇ ਤੇ ਨજર ਰੱਖੀ ਜਾਵੇ ਇੱਕ ਭਾਵਨਾ ਮੈਂ ਕੈਪਟਨ ਅਮਿੰਦਰ ਸਿੰਘ ਦੀ ਸਮਝਦਾ ਵੀ ਚੱਲ ਪਾਕਿਸਤਾਨ ਤੋਂ ਆਏ ਲੋਕਾਂ ਤੇ ਉਹਨਾਂ ਦੀ ਅੱਖ ਰੱਖਣ ਦੀ ਆਦਤ ਹੈ ਪਰ ਇਹ ਬਿਆਨ ਦੇਣ ਤੋਂ ਪਹਿਲਾਂ ਕੈਪਟਨ ਅਮਿੰਦਰ ਸਿੰਘ ਮਤਲਬ ਥੋੜਾ ਜਿਹਾ ਇਹ ਗੂਗਲ ਕਰ ਲੈਂਦੇ ਤੇ ਪਤਾ ਲੱਗ ਜਾਂਦਾ ਕਿ ਅਮਰਿਤਪਾਲ ਦੁਬਈ ਤੋਂ ਆਇਆ ਨਾ ਕਿ ਪਾਕਿਸਤਾਨ ਤੋਂ ਤੇ ਦੁਬਈ ਤੇ ਪਾਕਿਸਤਾਨ 'ਚ ਘੱਟੋ ਘੱਟ 1500 ਕਿਲੋਮੀਟਰ ਦਾ ਫਰਕ ਹੈ ਇਹਦੇ ਵਿਚਾਲੇ ਸਮੁੰਦਰ ਪੈਂਦਾ ਚਲੋ ਕੈਪਟਨ ਅਮਿੰਦਰ ਸਿੰਘ ਨੂੰ ਇਹ ਗੱਲਾਂ ਤੋਂ ਤਾਂ ਮਾਫ਼ ਕਰਨਾ ਪਊ ਕਿਉ ਫਿਲਹਾਲ ਤੁਹਾਡੇ ਮੂੰਹ ਦੀ ਹਾਲਤ ਰੂੜੀ ਦੇ ਪਾਈ ਹੋਈ ਲੀਰ ਵਰਗੀ ਹੋਈ ਪਈ ਹੈ ਜੇ ਆਹੀ ਹਾਲਤ ਰਹੀ ਤਾਂ ਅਰੂਸਾਂ ਨੇ ਤਾਂ ਕੀ ਹੱਥ ਲਾਉਣਾਗਾ ਤੁਹਾਡੇ ਆਪ ਦੇ ਹੱਥ ਨੇ ਜਵਾਬ ਦੇ ਦੇਣਾ